ਬੱਚੇ ਪੁੱਛਦੇ ਨੇ ਮੈਮ ਅਸੀਂ ਇੰਗਲਿਸ਼ ਬੋਲਣਾ ਚਾਹੁੰਦੇ ਆ ਪਰ ਸਾਨੂੰ ਨਾ ਡਰ ਬਹੁਤ ਲੱਗਦਾ ਅਸੀਂ ਕੈਨੇਡਾ ਨਹੀਂ ਜਾ ਸਕਦੇ ਅਸੀਂ ਆਸਟ੍ਰੇਲੀਆ ਨਹੀਂ ਜਾ ਸਕਦੇ ਆਈਲਸ ਨੂੰ ਤੁਸੀਂ ਐਗਜ਼ਾਮ ਲਾ ਕੇ ਚੱਲੋ ਕਿ ਇਸ ਬੇਸਤੀ ਨੂੰ ਬੇਸਤੀ ਦੇ ਨਾਲ ਤੁਸੀਂ ਇੱਕ ਦੋਸਤੀ ਕਰ ਲਓ ਤੁਹਾਨੂੰ ਟੈਕਨੀਕਲ ਨਾ ਵੀ ਆਉਂਦਾ ਹੋਵੇ ਬਟ ਇਫ ਯੂ ਆਰ ਇਫ ਯੂ ਆਰ ਗੁੱਡ ਐਟ ਅ ਲੈਂਗੁਏਜ ਅੰਗਰੇਜ਼ੀ ਵਿੱਚ ਗੱਲ ਕਰੋ ਬਿਨਾ ਡਰੇ ਬਿਨਾ ਸ਼ਰਮਾਏ ਡਾਊਨਲੋਡ ਜੋਸ਼ ਟਾਕਸ ਇੰਗਲਿਸ਼ ਸਪੀਕਿੰਗ ਐਪ ਕੀ ਤੁਸੀਂ ਇੰਗਲਿਸ਼ ਤੋਂ ਡਰਦੇ ਹੋ ਕਿ ਤੁਸੀਂ ਇੰਗਲਿਸ਼ ਬੋਲਣ ਤੋਂ ਹੋਣ ਵਾਲੀ ਬੇਇੱਜ਼ਤੀ ਤੋਂ ਡਰਦੇ ਹੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਰਵਨੀਤ ਕੌਰ ਤੇ ਮੈਂ ਇੱਕ ਆਇਲਸ ਟ੍ਰੇਨਰ ਹਾਂ ਮੈਨੂੰ ਅਕਸਰ ਬੱਚੇ ਪੁੱਛਦੇ ਨੇ ਮੈਮ ਅਸੀਂ ਇੰਗਲਿਸ਼ ਬੋਲਣਾ ਚਾਹੁੰਦੇ ਹਾਂ ਪਰ ਸਾਨੂੰ ਨਾ ਡਰ ਬਹੁਤ ਲੱਗਦਾ ਮੈਂ ਉਹਨਾਂ ਨੂੰ ਕਹਿੰਨੀ ਹਾਂ ਕਿ ਤੁਹਾਨੂੰ ਕਿਸ ਚੀਜ਼ ਤੋਂ ਡਰ ਲੱਗਦਾ ਕਿ ਤੁਹਾਨੂੰ ਇਸ ਲਈ ਡਰ ਲੱਗਦਾ ਵੀ ਲੋਕੀ ਤੁਹਾਡੇ ਤੇ ਹੱਸਣਗੇ ਤਾਂ ਮੈਂ ਉਹਨਾਂ ਨੂੰ ਕਹਿੰਨੀ ਹਾਂ ਵੀ ਕੋਈ ਗੱਲ ਨਹੀਂ ਹੱਸ ਲੈਣ ਦਿਓ ਕਿਉਂਕਿ ਇੰਗਲਿਸ਼ ਬੇਇੱਜ਼ਤੀ ਕਰਾਉਣ ਨਾਲ ਹੀ ਆਉਂਦੀ ਹੈ ਜੇ ਤੁਸੀਂ ਬੇਇੱਜ਼ਤੀ ਕਰਾਉਣਾ ਸਿੱਖ ਗਏ ਜੇ ਤੁਸੀਂ ਬੇਇੱਜ਼ਤੀ ਤੋਂ ਡਰਨਾ ਹਟ ਗਏ ਤਾਂ ਮੈਂ ਤੁਹਾਨੂੰ ਯਕੀਨਨ ਕਹਿੰਨੀ ਹਾਂ ਕਿ ਤੁਸੀਂ ਬਹੁਤ ਵਧੀਆ ਇੰਗਲਿਸ਼ ਬੋਲ ਸਕਦੇ ਹੋ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਚੀਜ਼ ਇੱਥੇ ਕਹਿਣਾ ਚਾਹੁੰਦੀ ਹਾਂ ਕਿ ਆਪਾਂ ਇੱਕ ਐਵੇਂ ਦੇ ਕੰਟਰੀ ਤੋਂ ਆ ਜਿਹੜੀ ਕਿ ਇੱਕ ਇੰਗਲਿਸ਼ ਸਪੀਕਿੰਗ ਕੰਟਰੀ ਨਹੀਂ ਹੈ ਆਪ ਇੱਥੇ ਇੱਥੇ ਸਾਡੀ ਜਿਹੜੀ ਮਦਰ ਟੰਗ ਹੈ ਉਹ ਹਿੰਦੀ ਹੈ ਜਾਂ ਪੰਜਾਬ ਚ ਰਹਿੰਦੇ ਆ ਅਸੀਂ ਸਾਡੀ ਮਦਰ ਟੰਗ ਹੈ ਜਿਹੜੀ ਪੰਜਾਬੀ ਹੈ ਤੇ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਆਪਾਂ ਆਪਾਂ ਇਸ ਚੀਜ਼ ਦਾ ਇਨਾ ਪ੍ਰੈਸ਼ਰ ਲੈ ਕੇ ਕਿਉਂ ਚੱਲਦੇ ਆਂ ਕਿ ਬਈ ਸਾਨੂੰ ਪਰਫੈਕਟ ਇੰਗਲਿਸ਼ ਹੋਣੀ ਚਾਹੀਦੀ ਹੈ ਸਾਨੂੰ ਜੇ ਪਰਫੈਕਟ ਇੰਗਲਿਸ਼ ਨਹੀਂ ਆਉਂਦੀ ਤਾਂ ਇਸ ਲਈ ਨਹੀਂ ਆਉਂਦੀ ਬਿਕੋਜ਼ ਇੰਗਲਿਸ਼ ਸਾਡੀ ਮਦਰ ਟੰਗ ਨਹੀਂ ਹੈ ਤੇ ਸਾਨੂੰ ਇਹ ਚੀਜ਼ ਨੂੰ ਬਹੁਤ ਜਿੰਨਾ ਛੇਤੀ ਆਪਾਂ ਇਸ ਚੀਜ਼ ਨੂੰ ਐਕਸੈਪਟ ਕਰ ਲਈਏ ਕਿ ਇੰਗਲਿਸ਼ ਸਾਨੂੰ ਸਿੱਖਣੀ ਪੈਣੀ ਹੈ ਬਿਕੋਜ਼ ਉਹ ਸਾਡੀ ਮਦਰ ਟੰਗ ਨਹੀਂ ਹੈ ਤਾਂ ਆਈ ਥਿੰਕ ਥੈਟ ਇਜ਼ ਐਕਸੈਪਟੈਂਸ ਇਸ ਦੀ ਫਰਸਟ ਸਟੈਪ ਟੂ ਸਕਸੈਸ ਫਰਸਟ ਯੂ ਹੈਵ ਟੂ ਐਕਸੈਪਟ ਥੈਟ ਯੈਸ ਇੰਗਲਿਸ਼ ਸਾਡੀ ਨਹੀਂ ਹੈ ਇੰਗਲਿਸ਼ ਨਾ ਨਾ ਆਉਣਾ ਇਦੇ ਵਿੱਚ ਕੋਈ ਬੇਇੱਜ਼ਤੀ ਵਾਲੀ ਗੱਲ ਨਹੀਂ ਹੈ। ਨਾਲ ਦੀ ਨਾਲ ਤੁਹਾਨੂੰ ਇਹ ਵੀ ਹੋਣਾ ਚਾਹੀਦਾ ਕਿ ਯਾਰ ਸਾਡੀ ਮਦਰ ਟੰਗ ਨਹੀਂ ਹੈ ਤੇ ਸਾਨੂੰ ਥੋੜਾ ਟਾਈਮ ਲੱਗ ਸਕਦਾ ਇਸ ਲੈਂਗੁਏਜ ਨੂੰ ਸਿੱਖਣ ਵਾਸਤੇ ਤੇ ਅਸੀਂ ਉਹ ਟਾਈਮ ਲੌਨ ਨੂੰ ਤਿਆਰ ਹੈ। ਉੱਥੇ ਤੁਹਾਡੀ ਵਿਲ ਪਾਵਰ ਆਉਂਦੀ ਹੈ ਫਿਰ। ਆਪਣੀ ਮਾਤਰ ਭਾਸ਼ਾ ਪੰਜਾਬੀ ਹੈ ਲੇਕਿਨ ਹਾਂ ਅ ਸਾਨੂੰ ਅਸੀਂ ਇੰਗਲਿਸ਼ ਸਿੱਖਣੀ ਹੈ ਬਿਕੋਜ਼ ਸਾਡਾ ਇੰਗਲਿਸ਼ ਸਿੱਖੇ ਬਿਨਾਂ ਸਾਡਾ ਅਸੀਂ ਕੈਨੇਡਾ ਨਹੀਂ ਜਾ ਸਕਦੇ। ਅਸੀਂ ਆਸਟ੍ਰੇਲੀਆ ਨਹੀਂ ਜਾ ਸਕਦੇ ਤੇ ਮੈਨੂੰ ਲੱਗਦਾ ਕਿ ਜਿਹੜਾ ਇੱਕ ਐਗਜ਼ਾਮ ਹੈ ਆਪਣਾ ਕੋਈ ਵੀ ਜਿਹੜਾ ਆਪਣਾ ਪੇਪਰ ਹੈ ਜਿਵੇਂ ਆਇਲਸ ਦਾ ਪੇਪਰ ਹੈ ਕੋਈ ਆਪਾਂ ਨੂੰ ਇਹਨੂੰ ਇੱਕ ਪੇਪਰ ਦੇ ਤੌਰ ਤੇ ਲੈ ਕੇ ਚੱਲਣਾ ਚਾਹੀਦਾ ਜਿਵੇਂ ਆਪਾਂ ਆਪਣੇ ਬਾਕੀ ਪੇਪਰ ਦਿੰਨੇ ਆ ਤਿਆਰੀ ਕਰਕੇ ਦਿੰਨੇ ਆ ਹੁਣ ਆਪਾਂ ਜੇ ਆਪਣੇ ਸੋਸ਼ਲ ਸਟੱਡੀਜ਼ 'ਚ ਨੰਬਰ ਨਹੀਂ ਆਇਆ ਤਾਂ ਆਪਾਂ ਕਦੇ ਸ਼ਰਮ ਤਾਂ ਨਹੀਂ ਮਹਿਸੂਸ ਕਰਦੇ ਨਾ ਆਪਾਂ ਨੂੰ ਪਤਾ ਆਪਾਂ ਨਹੀਂ ਪੜੇ ਆਪਣੇ ਨੰਬਰ ਨਹੀਂ ਆਏ ਉਵੇਂ ਹੀ ਜੇ ਆਪਾਂ ਜਿਵੇਂ ਆਪਣੀ ਇਹ ਆਇਲਸ ਹੈ ਆਇਲਸ ਨੂੰ ਇੱਕ ਤੁਸੀਂ ਐਗਜ਼ਾਮ ਲੈ ਕੇ ਚੱਲੋ ਕਿ ਇੱਕ ਪੇਪਰ ਹੈ ਤਿਆਰੀ ਕਰਨੀ ਆ ਆਪਾਂ ਇਸ ਚੀਜ਼ ਦੀ ਆਪਾਂ ਨਹੀਂ ਇੱਕ ਵਾਰੀ ਨੰਬਰ ਆਇਆ ਆਪਾਂ ਦੁਬਾਰਾ ਦੇ ਦੋ ਠੀਕ ਹੈ ਦੇ ਦੇ ਦਿਸ ਇਜ਼ ਵੇਅਰ ਯੋਰ ਪਰਸਿਵਰੈਂਸ ਕਮਸ ਇਨ ਕਿ ਜੇ ਤੁਸੀਂ ਕਿੰਨੇ ਕੁ ਜ਼ਿਆਦਾ ਤੁਸੀਂ ਤੁਹਾਡੀ ਵਿਲ ਪਾਵਰ ਕਿੰਨੀ ਸਟਰੋਂਗ ਹੈ ਤੁਸੀਂ ਕਿੰਨੇ ਡਿਟਰਮਿੰਡ ਹੋ ਔਰ ਤੁਸੀਂ ਤਿਆਰੀ ਕਰੋ ਤੁਹਾਡੇ ਰਿਜ਼ਲਟਸ ਆ ਜਾਣਗੇ ਹਾਂ ਹੋ ਸਕਦਾ ਤੁਹਾਡੇ ਲੇਟ ਆਉਣ ਇਹ ਮੈਂ ਗੱਲ ਕਰ ਰਹੀ ਹਾਂ ਤੁਹਾਡਾ ਨਾਲ ਇੱਕ ਡਰ ਦੀ ਕਿ ਇਹ ਡਰ ਹੈ ਬੱਚਿਆਂ ਦੇ ਵਿੱਚ ਮੈਮ ਸਾਡੀ ਬੇਇੱਜ਼ਤੀ ਹੋ ਜੂਗੀ ਬੇਇੱਜ਼ਤੀ ਹੋ ਜੂਗੀ ਜੇ ਇੱਕ ਗਲਤ ਵਰਡ ਬੋਲਤਾ ਬੇਇੱਜ਼ਤੀ ਹੋ ਜੂਗੀ ਤੁਸੀਂ ਇਸ ਬੇਇੱਜ਼ਤੀ ਨੂੰ ਬੇਇੱਜ਼ਤੀ ਦੇ ਨਾਲ ਤੁਸੀਂ ਇੱਕ ਦੋਸਤੀ ਕਰ ਲਓ ਕਿ ਹਾਂ ਯਾਰ ਵੱਤ-ਵੱਤ ਬੰਦਾ ਹੱਸ ਲੂਗਾ ਸਾਡੇ ਤੇ ਕਿੰਨੀ ਵਾਰੀ ਹੱਸ ਲੂਗਾ ਹੱਸ ਲੈਣ ਦੋ ਤੁਸੀਂ ਸਿੱਖੀ ਜਾਓਗੇ ਸਿੱਖੀ ਜਾਓਗੇ ਐਂਡ ਇਵੈਂਚੁਅਲੀ ਇੱਕ ਦਿਨ ਤੁਹਾਨੂੰ ਪਤਾ ਹੀ ਨਹੀਂ ਲੱਗੂਗਾ ਕਿ ਤੁਸੀਂ ਕਦੋਂ ਤੁਸੀਂ ਉਸ ਲੈਂਗੁਏਜ ਨੂੰ ਤੁਸੀਂ ਮਾਸਟਰ ਕਰ ਲਿਆ ਬਟ ਹਾਂ ਇੱਕ ਤਰੀਕਾ ਹੋਣਾ ਚਾਹੀਦਾ ਤੁਹਾਡੇ ਕੋਲ ਹੈ ਮਾਸਟਰ ਕਰਨਾ ਕਿਵੇਂ ਹੈ ਹਾਊ ਟੂ ਗੋ ਅਬਾਊਟ ਇਟ ਕਿਵੇਂ ਤੁਸੀਂ ਸੋ ਮੇਰੀ ਇੱਕ ਮੈਂ ਇੰਗਲਿਸ਼ ਹੈ ਜਿਹੜੀ ਉਹ ਬੋਲਣ ਨਾਲ ਆਉਂਦੀ ਹੈ ਜਿੰਨੀ ਜ਼ਿਆਦਾ ਬੋਲੋਗੇ ਗਲਤ ਬੋਲੋਗੇ ਹੌਲੀ ਹੌਲੀ ਕਰਕੇ ਉਹ ਸਹੀ ਹੁੰਦੀ ਜਾਊਗੀ ਤੁਹਾਡੀ ਤੇ ਇੱਕ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਬਹੁਤ ਇੰਪੋਰਟੈਂਟ ਟਿਪ ਦੇਣਾ ਚਾਹਨੀ ਆ ਜੋ ਕਿ ਆਪਣੇ ਕੰਟਰੀ ਦੇ ਵਿੱਚ ਮੈਨੂੰ ਲੱਗਦਾ ਹੈ ਆਪਣੇ ਸਪੈਸ਼ਲੀ ਆਪਣੇ ਸਟੇਟ ਵਿੱਚ ਪੰਜਾਬ ਦੇ ਵਿੱਚ ਆਈ ਵਾਂਟ ਟੂ ਟੈਲ ਦਿਸ ਥਿੰਗ ਟੂ एवरीवन ਕਿ ਪਲੀਜ਼ ਸਟਾਰਟ ਰੀਡਿੰਗ ਸਟਾਰਟ ਰੀਡਿੰਗ ਮੈਂ ਇਹ ਨਹੀਂ ਕਹੂੰਗੀ ਵੀ ਤੁਸੀਂ ਆਹੀ ਪੜੋ ਉਹੀ ਪੜੋ ਬਟ ਦੇਖੋ ਹਰ ਬੰਦੇ ਦਾ ਕੁਝ ਨਾ ਕੁਝ ਇੰਟਰਸਟ ਜ਼ਰੂਰ ਹੁੰਦਾ ਔਰ ਤੁਸੀਂ ਉਸ ਇੰਟਰਸਟ ਨੂੰ ਫਿਗਰ ਆਊਟ ਕਰੋ ਕਿ ਤੁਹਾਡਾ ਕਿਸ ਪਾਸੇ ਤੁਹਾਡਾ ਇੰਟਰਸਟ ਹੈ ਕਿਉਂਕਿ ਜਿੰਨਾ ਜ਼ਿਆਦਾ ਤੁਸੀਂ ਰੀਡ ਕਰੋਗੇ ਉੰਨੀ ਜ਼ਿਆਦਾ ਤੁਹਾਡੀ ਜਿਹੜੀ ਲੈਂਗੁਏਜ ਆ ਉਹਦੇ ਵਿੱਚ ਉਨਾ ਹੀ ਨਿਖਾਰ ਆਊਗਾ ਤੁਸੀਂ ਉਹਨੇ ਬੈਟਰ ਬੋਲ ਪਾਉਂਗੇ ਅਕਸਰ ਬੱਚਿਆਂ ਨੂੰ ਇੱਕ ਬਹੁਤ ਹੀ ਜ਼ਿਆਦਾ ਬੱਚੇ ਮੈਨੂੰ ਕੁਐਸਚਨ ਪੁੱਛਦੇ ਨੇ ਔਰ ਉਹਨਾਂ ਦੇ ਵਿੱਚ ਇੱਕ ਇੱਕ ਸਿੱਖਣ ਦੀ ਇੱਛਾ ਵੀ ਹੈ ਤੇ ਇੱਕ ਡਰ ਵੀ ਹੈ ਕਿ ਮੈਮ ਸਾਨੂੰ ਨਾ ਵੋਕੈਬਲਰੀ ਨਹੀਂ ਆਉਂਦੀ ਸੋ ਵੋਕੈਬਲਰੀ ਇਸ ਸਮਥਿੰਗ ਇਟ ਕੈਨ ਨੋਟ ਬੀ ਲਰਨਡ ਇਨ ਅ ਡੇ ਯੂ ਨੋਬਾਡੀ ਕੈਨ ਲਰਨ ਨੋਬਾਡੀ ਕੈਨ ਯੂ ਨੋ ਜਸਟ ਮੱਗ ਅਪ ਅ ਫਿਊ ਵਰਡਸ ਕੇ ਹਾਂਜੀ ਅਸੀਂ ਮੈਮਾ ਚਾਰ ਅੱਖਰ ਸਿੱਖ ਲਏ ਨੇ ਤੇ ਸਾਨੂੰ ਵੋਕੈਬਲਰੀ ਨੋ ਵੋਕੈਬਲਰੀ ਦਾ ਮਤਲਬ ਹੈ ਕਿ ਤੁਹਾਨੂੰ ਇੱਕੋ ਅੱਖਰ ਦੇ ਬਹੁਤ ਸਾਰੇ ਤੁਹਾਨੂੰ ਵਰਜਨਸ ਪਤਾ ਹੋਣੀਆਂ ਚਾਹੀਦੀਆਂ ਤੁਹਾਨੂੰ ਡਿਫਰੈਂਟ ਤਰ੍ਹਾਂ ਦੇ ਵਰਡਸ ਆਉਣੇ ਚਾਹੀਦੇ ਨੇ ਆਇਲਸ ਦੇ ਵਿੱਚ ਸਪੈਸ਼ਲੀ ਆਇਲਸ ਇਜ਼ 올 अबाउट ਸਿਨੋਨਿਮਸ ਡਿਫਰੈਂਟ ਵਰਡਸ ਆਲਟਰਨੇਟਿਵ ਵਰਡਸ ਵੈਦਰ ਚਾਹੇ ਤੁਸੀਂ ਰੀਡਿੰਗ ਦੀ ਗੱਲ ਕਰ ਲੋ ਚਾਹੇ ਤੁਸੀਂ ਸਪੀਕਿੰਗ ਦੀ ਕਰ ਲੋ ਤੁਸੀਂ ਲਿਸਨਿੰਗ ਦੀ ਕਰ ਲੋ ਭਾਵੇਂ ਰਾਈਟਿੰਗ ਦੀ ਕਰ ਲੋ ਇਨ 올 ਫੋਰ ਮੋਡਿਊਲਸ ਵੀ ਨੀਡ ਟੂ ਵੀ ਮਸਟ ਨੋ ਸਿਨੋਨਿਮਸ ਫਾਰ ਈਚ ਵਰਡ ਜੋ ਕਿ ਆਪਣੇ ਇਸੇ ਇਸੇ ਕਰਕੇ ਆਪਣੇ ਜਿਹੜੇ ਬੱਚੇ ਨੇ ਮੈਂ ਕਹੂੰਗੀ ਜਿਨ੍ਹਾਂ ਦੇ ਘੱਟ ਮਾਰਕਸ ਆ ਰਹੇ ਨੇ ਜਾਂ ਕਿਸੇ وجہ ਕਰਕੇ ਉਹ ਆਪਣੇ ਡਿਜ਼ਾਇਰਡ ਬੈਂਡ ਨਹੀਂ ਲੈ 파 ਰਹੇ ਨੇ ਸਭ ਤੋਂ ਵੱਡਾ ਰੀਜ਼ਨ ਹੈ ਉਹਦਾ vocabulary before you start off with your ielts preparation i think you must start reading newspaper or something taki jehdi thodi language jehdi thodi pehli gal to ohde naal ki houga ve jehda thoda preparation time hai oh bahut kat jauga nahi ta jadon bacche just start karde ne thanu ਕੋਈ ਬੈਕਗ੍ਰਾਉਂਡ ਨਹੀਂ ਹੁੰਦਾ ਲੈਂਗੁਏਜ ਦਾ ਬਹੁਤ سارے ਸਟੂਡੈਂਟਸ ਨੇ ਮੇਰੇ ਕੋਲ ਜਿਹੜੇ ਪੰਜਾਬ ਬੈਕਗ੍ਰਾਉਂਡ ਤੋਂ ਪੰਜਾਬ ਬੋਰਡ ਤੋਂ ਆਉਂਦੇ ਨੇ ਜਿੱਥੇ ਉਹ ਇਨਫੈਕਟ ਉਹਨਦੀਆਂ ਬੁੱਕਸ ਵੀ ਹਮੇਸ਼ਾ ਪੰਜਾਬੀ ਤੋਂ ਹੁੰਦੀਆਂ ਨੇ ਰਾਈਟ ਸੋ ਮੈਨੂੰ ਲੱਗਦਾ ਵੀ ਇੱਕੋ ਦਮ ਤੁਸੀਂ ਆਇਲਸ ਸਟਾਰਟ ਕਰਨ ਨਾਲੋਂ ਪਹਿਲਾਂ ਇਟ ਇਜ਼ ਵੈਰੀ ਇੰਪੋਰਟੈਂਟ ਕਿ ਤੁਸੀਂ ਥੋੜਾ ਜਿਹਾ ਲੈਂਗੁਏਜ ਤੇ ਆਪਣਾ ਹੱਥ ਥੋੜਾ ਜਿਹਾ ਯੂ نو ਹੋਲਡ ਬਣਾਓ ਥੋੜਾ ਜਿਹਾ ਮਤਲਬ ਲੈਂਗੁਏਜ ਨੂੰ ਐਕਸਪਲੋਰ ਕਰੋ ਔਰ ਉਹ ਬੰਦਾ ਕਿਵੇਂ ਕਰਦਾ ਹੈ ਉਹ ਬੰਦਾ ਇਦਾਂ ਹੀ ਕਰਦਾ ਹੌਲੀ ਹੌਲੀ ਪਹਿਲਾਂ ਕੋਈ ਨਿਊਜ਼ਪੇਪਰ ਪੜੋ ਕੋਈ ਚੀਜ਼ਾਂ ਰੀਡ ਕਰੋ ਕਿਸੇ ਨੂੰ ਸੁਣੋ ਯੂ ਅੱਜਕੱਲ ਤਾਂ ਆਪਣੇ ਕੋਲੇ ਸਭ ਕੁਝ ਹੈ ਵੀ ਹੈਵ YouTube ਉੱਥੇ ਕਿੰਨੀਆਂ ਹੀ ਕਿੰਨਾ ਹੀ ਕਿੰਨਾ ਹੀ ਆਪਣੇ ਕੋਲੇ ਮਟੀਰੀਅਲ ਪਿਆ ਹੈ ਕੋਈ ਚੰਗੀ ਸਪੀਚ ਸੁਣ ਲਓ ਕੋਈ ਇਨਕਰੇਜਿੰਗ ਸਪੀਚ ਸੁਣ ਲਓ ਮੈਨੂੰ ਲੱਗਦਾ ਵੀ ਇਹ ਸਾਰੀਆਂ ਚੀਜ਼ਾਂ ਇੱਕ ਫਾਊਂਡੇਸ਼ਨ ਹੈ ਬਿਫੋਰ ਯੂ ਸਟਾਰਟ ਯੋਰ ਆਈ ਐਲਟੀਐਸ ਪ੍ਰੈਪਰੇਸ਼ਨ ਜਸਟ ਇੱਕ ਆਪਾਂ ਓਵਰਆਲ ਆਇਲਸ ਦੀ ਗੱਲ ਕਰੀਏ ਜਾਂ ਜਸਟ ਆਪਾਂ ਇੱਕ ਇੰਗਲਿਸ਼ ਨੂੰ ਸਿੱਖਣ ਦੀ ਗੱਲ ਕਰੀਏ ਬੋਲਣ ਦੀ ਗੱਲ ਕਰੀਏ ਤਾਂ ਆਈ ਥਿੰਕ ਇਹੀ ਚੀਜ਼ਾਂ ਨੇ ਜੋ ਬੰਦੇ ਨੂੰ ਯੂ نو ਜਿਹਦੇ ਨਾਲ ਕਿ ਤੁਸੀਂ ਜਲਦੀ ਸਿੱਖ ਸਕਦੇ ਹੋ ਕਿਸੇ ਵੀ ਲੈਂਗੁਏਜ ਨੂੰ ਮੈਂ ਆਪ ਇੱਕ ਐਵੇਂ ਦੀ ਐਗਜ਼ਾਮਪਲ ਹੈ ਕਿ ਮੈਂ ਜੇ ਮੈਨੂੰ ਕੋਈ ਪੁੱਛੇ ਕਿ ਮੈਂ ਕੀ ਕੀਤਾ ਤਾਂ ਮੈਂ ਤੁਹਾਡੇ ਨਾਲ ਇਹੀ ਇਹ ਚੀਜ਼ਾਂ ਮੈਂ ਅੱਜ ਤੁਹਾਡੇ ਨਾਲ ਇਸੇ ਕਰਕੇ ਸ਼ੇਅਰ ਕਰ ਪਾ ਰਹੀਆਂ ਬਿਕੋਜ਼ ਮੈਂ ਸਾਰੀਆਂ ਚੀਜ਼ਾਂ ਆਪਣੇ ਆਪ ਲਈ ਕੀਤੀਆਂ ਨੇ ਮੈਂ ਹਰ ਰੋਜ਼ ਰੀਡ ਕਰਦੀ ਸੀ ਕੁਝ ਨਾ ਕੁਝ ਇੱਕ ਮੈਨੂੰ ਇੰਟਰਸਟ ਵੀ ਸੀਗਾ ਤਾਂ ਉਹ ਥੋੜੀ ਜਿਹੀ ਕਿ ਐਡਵਾਂਟੇਜ ਹੋ ਜਾਂਦੀ ਹੈ ਕਿ ਮੈਨੂੰ ਇੰਟਰਸਟ ਸੀਗਾ ਰੀਡ ਕਰਨ ਲਈ ਮੈਂ ਬਹੁਤ ਰੀਡ ਕੀਤਾ ਮੈਂ ਬਹੁਤ ਇੰਗਲਿਸ਼ ਸੁਣੀ ਹੈ ਜਿਹਦੇ ਨਾਲ ਕਿ ਇੰਗਲਿਸ਼ ਸੁਣਨਾ ਇਕੁਅਲੀ ਇੰਪੋਰਟੈਂਟ ਹੈ ਬਿਕੋਜ਼ ਉਹਦੇ ਨਾਲ ਤੁਹਾਡੀ ਪ੍ਰੋਨਨਸੀਏਸ਼ਨ ਬਹੁਤ ਇੰਪਰੂਵ ਹੁੰਦੀ ਹੈ ਇੰਗਲਿਸ਼ ਇਸ ਨਾਟ ਜਸਟ ਵਰਡਸ ਕਿ ਤੁਸੀਂ ਚਾਰ ਅੱਖਰ ਬੋਲ ਲੇ ਇਟ ਇਟ ਡਸਨਟ ਮੀਨ ਤੁਸੀਂ ਇੰਗਲਿਸ਼ ਸਿੱਖ ਲਈ ਇੰਗਲਿਸ਼ ਤੁਸੀਂ ਹਾਊ ਯੂ ਸਪੀਕ ਇੰਗਲਿਸ਼ ਇਟ ਇਜ਼ ਹਾਊ ਇੰਪੈਕਟਫੁਲ ਯੂ نو ਇਟ ਇਜ਼ ਤੁਹਾਡੀ ਡਾਇਲੌਗ ਡਿਲੀਵਰੀ ਤੁਹਾਡੀ ਮੋਡੂਲੇਸ਼ਨ ਤੁਹਾਡੀ ਇੰਟੋਨੇਸ਼ਨ ਥੈਟ ਇਜ਼ ਵੈਰੀ ਵੈਰੀ ਇੰਪੋਰਟੈਂਟ ਐਂਡ ਜਿਹੜਾ ਬੰਦੇ ਦੀ ਪ੍ਰੋਨਨਸੀਏਸ਼ਨ ਚੰਗੀ ਹੈ ਜਿਹੜੇ ਬੰਦੇ ਦੀ ਡਿਲੀਵਰੀ ਚੰਗੀ ਹੈ ਯੂ نو ਉਹਨੂੰ ਆਪਾਂ ਕਹਿ ਸਕਦੇ ਹਾਂ ਯਾਰ ਇਹਦੀ ਇੰਗਲਿਸ਼ ਲੈਂਗੁਏਜ ਸਕਿਲਸ ਬਹੁਤ ਚੰਗੇ ਨੇ ਹੋ ਸਕਦਾ ਉਹਦੀ ਗ੍ਰਾਮਰ ਚੰਗੀ ਨਾ ਵੀ ਹੋਵੇ ਡਸ ਨਾਟ ਮੈਟਰ ਬਟ ਯਰ ਟੋਨ ਹਾਸ ਟੂ ਬੀ ਪਰਫੈਕਟ ਜਦੋਂ ਤੁਸੀਂ ਕਿਸੇ ਤਾਂ ਗੱਲ ਕਰੋ ਤੁਹਾਡਾ ਲਹਿਜਾ ਹੈ ਜਿਹੜਾ ਆਪਾਂ ਕਹਿੰਨੇ ਵੀ ਇੱਕ ਬੰਦੇ ਦਾ ਲਹਿਜਾ ਹੁੰਦਾ ਗੱਲ ਕਰਨੇ ਦਾ ਤੁਹਾਡਾ ਉਹ ਲਹਿਜਾ ਚੰਗਾ ਹੈ ਤੇ ਤੁਹਾਡੇ ਵਰਡਸ ਰਾਈਟ ਵਰਡਸ ਐਟ ਦਾ ਰਾਈਟ ਪਲੇਸ ਨੇ ਆ ਉਹਨੂੰ ਆਪਾਂ ਕਹਿੰਨੇ ਕਿ ਯਾਰ ਇਹ ਬੰਦਾ ਬਹੁਤ ਸੋਹਣੀ ਇੰਗਲਿਸ਼ ਬੋਲਦਾ ਹੈ ਲੇਕਿਨ ਉਹਨੂੰ ਜੇ ਤੁਸੀਂ ਇੰਪਰੋਵਾਈਜ਼ ਕਰਨਾ ਹੈ ਤੁਹਾਨੂੰ ਆਪਣੇ ਆਪ ਤੇ ਕੰਮ ਜ਼ਰੂਰ ਕਰਨਾ ਪਏਗਾ ਇਦਾਂ ਹੀ ਆਪਾਂ ਕਦੇ ਇਹ ਨਹੀਂ ਕਹਿ ਸਕਦੇ ਆ ਟੀਚਰ ਨੇ ਸਾਨੂੰ ਕੁਝ ਨਹੀਂ ਕਰਾਇਆ ਟੀਚਰ ਕੁਝ ਨਹੀਂ ਕਰਾਊਗੀ ਟੀਚਰ ਦਾ ਕੰਮ ਹੈ ਤੁਹਾਨੂੰ ਗਾਈਡ ਕਰਨਾ ਤੁਸੀਂ ਟੀਚਰ ਨੂੰ ਕਹਿੰਦੇ ਸਾਨੂੰ ਮਹੀਨੇ ਚ ਕਰਾ ਦੇ ਤੁਹਾਨੂੰ ਮਹੀਨੇ ਚ ਆਇਲਸ ਕੋਈ ਨਹੀਂ ਕਰਾ ਸਕਦਾ ਆਇਲਸ ਕਰਾ ਦੂਗਾ ਬਟ ਇੰਗਲਿਸ਼ ਲੈਂਗੁਏਜ ਦਾ ਮਾਸਟਰ ਹੋਣਾ ਜਾਂ ਇੰਗਲਿਸ਼ ਲੈਂਗੁਏਜ ਬਹੁਤ ਪ੍ਰੋਫੀਸ਼ੀਐਂਟ ਹੋਣਾ ਉਹ ਚੀਜ਼ ਨਹੀਂ ਹੁੰਦੀ ਉਹਦੇ ਤੇ ਤੁਹਾਨੂੰ ਆਪ ਕੰਮ ਕਰਨਾ ਪਊਗਾ ਵੀ ਤੁਸੀਂ ਆਪ ਤੋਂ ਤੁਹਾਡਾ ਗੋਲ ਕੀ ਹੈ ਜੇ ਤੁਹਾਡਾ ਗੋਲ ਹੈ 6 ਬੈਂਡ ਲੈਣਾ ਹਾਂਜੀ ਬਿਲਕੁਲ ਅਸੀਂ ਤੁਹਾਨੂੰ ਕੋਈ ਵੀ ਕਰਾ ਦੂਗਾ ਕਿ ਯਾਰ 6 ਬੈਂਡ ਲੈ ਤੁਸੀਂ ਕੈਨੇਡਾ ਚਲੇ ਗਏ ਤੁਸੀਂ ਆਸਟ੍ਰੇਲੀਆ ਚਲੇ ਗਏ ਉਹ ਹੋ ਜਾਊਗਾ ਬਟ ਇਫ ਯੂਅਰ ਗੋਲ ਇਜ਼ ਬਿਯੋਂਡ ਥੈਟ ਇਫ ਯੂ ਰੀਲੀ ਵਾਂਟ ਟੂ ਬੀ ਲਾਈਕ ਅ ਗੁੱਡ ਯੂ ਵਾਂਟ ਟੂ ਕਮ ਅਕ੍ਰੋਸ ਐਜ਼ ਅ ਪਰਸਨ ਹੂਜ਼ ਐਕਸਟ੍ਰੀਮਲੀ ਗੁੱਡ ਐਟ ਇੰਗਲਿਸ਼ ਲੈਂਗੁਏਜ ਸਕਿਲਸ ਸੋ ਯੂ ਵਾਂਟ ਟੂ ਬੀ ਅ ਪਲੀਜ਼ਿੰਗ ਪਰਸਨੈਲਿਟੀ ਐਂਡ ਯੂ ਵਾਂਟ ਟੂ ਅ ਸਕਸੀਡ ਇਨ ਆਲ ਯੂ نو ਇਫ ਇ ਅੱਧੀ ਤਰੀਕ ਦੇ ਵਿੱਚ ਜੇ ਤੁਸੀਂ ਜੌਬ ਵੀ ਕਿਤੇ ਲੈਣ ਜਾਂਦੇ ਹੋ ਨਾ ਤੁਹਾਡੇ ਚ ਕੋਈ ਤੁਹਾਨੂੰ ਟੈਕਨੀਕਲ ਨਾ ਵੀ ਆਉਂਦਾ ਹੋਵੇ ਬਟ ਇਫ ਯੂ ਆਰ ਇਫ ਯੂ ਆਰ ਗੁੱਡ ਐਟ ਅ ਲੈਂਗੁਏਜ ਆਈ ਥਿੰਕ ਯੂ ਹੈਵ ਫਾਰ ਮੋਰ ਚਾਂਸਸ ਆਫ ਯੂ نو ਗੈਟਿੰਗ ਹਾਇਰਡ ਐਸ ਕੰਪੇਅਰਡ ਟੂ ਅ ਪਰਸਨ ਹੂ ਡਸਨਟ ਨੋ ਇੰਗਲਿਸ਼ ਲੈਂਗੁਏਜ ਆ ਜਿਹੜੀ ਬੇਇਜ਼ਤੀ ਕਨਸੈਪਟ ਹੈ ਮੈਨੂੰ ਲੱਗਦਾ ਹੈ ਆਪਣੇ ਪੰਜਾਬ ਚ ਹੀ ਸਭ ਤੋਂ ਵੱਧ ਹੈ ਵੀ ਯਾਰ ਲੈ ਤੈਨੂੰ ਤਾਂ ਇਹ ਵੀ ਨਹੀਂ ਆਉਂਦਾ ਹਨਾ ਬਟ ਮੈਨੂੰ ਲੱਗਦਾ ਹੈ ਕਿ ਇਸ ਤੋਂ ਉੱਤੇ ਉਠੋ ਬੇਇਜ਼ਤੀ ਕਰਾਓ ਲਰਨ ਚੰਗੀ ਗੱਲ ਹੈ ਜੇ ਤੁਹਾਡੀ ਕੋਈ ਬੇਇਜ਼ਤੀ ਕਰਦਾ ਮੈਨੂੰ ਲੱਗਦਾ ਵੀ ਤੁਹਾਨੂੰ ਇੱਕ ਯੂ نو ਬੰਦਾ ਇੱਕ ਸ਼ੀਸ਼ਾ ਵਿਖਾ ਰਿਹਾ ਹੈ ਤੁਹਾਡੀਆਂ ਗਲਤੀਆਂ ਕੱਢ ਰਿਹਾ ਯੂ ਸ਼ੁਡ ਸੇ ਥੈਂਕਸ ਟੂ ਦੈਟ ਪਰਸਨ ਕਿ ਯਾਰ ਉਹ ਵਧੀਆ ਕਰਿਆ ਤੂੰ ਮੇਰੀ ਬੇਇਜ਼ਤੀ ਕੀਤੀ ਤੇਰੇ ਕਰਕੇ ਦੇਖ ਮੈਂ ਆ ਸਿੱਖ ਲਈ ਨਵੀਂ ਚੀਜ਼ ਹੈਨਾ ਸੋ ਇਨ ਦੀ ਐਂਡ ਆ ਮੀਨ ਇਹੀ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹਨੀ ਹੈ ਕਿ ਪੁੱਠੇ ਘੜੇ ਨਾ ਬਣੋ ਓਪਨ ਹੈਵ ਏਨ ਓਪਨ ਯੂ نو ਆਮ ਇਨ ਮਾਈਂਡਸੈਟ ਤੁਹਾਡੇ ਅੰਦਰ ਇੱਕ ਸਿੱਖਣ ਦੀ ਚਾਹ ਹੋਣੀ ਚਾਹੀਦੀ ਹੈ ਚਾਹੇ ਉਹ ਇੰਗਲਿਸ਼ ਹੋਵੇ ਚਾਹੇ ਉਹ ਆਇਲਸ ਹੋਵੇ ਚਾਹੇ ਕੁਝ ਵੀ ਹੋਵੇ ਮੈਨੂੰ ਲੱਗਦਾ ਵੀ ਤੁਸੀਂ ਤੁਹਾਡੇ ਵਾਸਤੇ ਤੁਸੀਂ ਕਦੇ ਵੀ ਤੁਹਾਨੂੰ ਉਹ ਚੀਜ਼ ਨਿਰਾਸ਼ ਨਹੀਂ ਕਰੂਗੀ ਐਂਡ ਆਮ ਕਵਾਇਟ ਸ਼ੋਰ ਕਿ ਤੁਸੀਂ ਜੋ ਵੀ ਤੁਸੀਂ ਆਪਣੀ ਲਾਈਫ ਚ ਪਾਉਣਾ ਚਾਹੁੰਦੇ ਹੋ ਯੂ ਵਿਲ ਬੀ ਏਬਲ ਟੂ ਅਚੀਵ ਥੈਟ ਵਿਦ ਅ ਗੁੱਡ ਮਾਈਂਡਸੈਟ ਬਿਕਾਜ਼ ਇਟ ਆਲ ਕਮਸ ਡਾਊਨ ਟੂ ਐਨ ਐਟੀਟਿਊਡ ਤੁਸੀਂ ਆਪਣੀ ਲਾਈਫ ਨੂੰ ਕਿਸ ਕਿਵੇਂ ਦੇਖਦੇ ਹੋ ਤੁਸੀਂ ਆਪਣੇ ਆਪ ਨੂੰ ਕਿਵੇਂ ਦੇਖਦੇ ਹੋ ਐਂਡ ਆਪਣੇ ਆਪ ਨੂੰ ਕਦੇ ਵੀ ਅੰਡਰਐਸਟੀਮੇਟ ਨਾ ਕਰੋ ਜੇ ਲੋਕੀ ਤੁਹਾਨੂੰ ਕੋਈ ਤੁਹਾਨੂੰ ਬਾਰ-ਬਾਰ ਕੁਝ ਕਹਿੰਦਾ ਹੈ ਕਿ ਹਾਂ ਯਾਰ ਤੇਰੇ ਚ ਆਹ ਚੀਜ਼ ਚੰਗੀ ਹੈ ਉਹਨੂੰ ਮੰਨ ਲਓ ਕਿਉਂਕਿ ਹੋ ਸਕਦਾ ਵੀ ਉਹ ਚੀਜ਼ ਤੁਸੀਂ ਨਹੀਂ ਦੇਖ ਪਾਰੇ ਪਰ ਲੋਕੀ ਉਹ ਤੁਹਾਡੇ ਵਿੱਚ ਵੇਖ ਪਾ ਰਹੇ ਨੇ ਸੋ ਥੈਂਕ ਯੂ एवरीवन ਬਡੀ ਦੈਟਸ ਆਲ ਫॉर ਟੂਡੇ ਜੇਕਰ ਤੁਸੀਂ ਇਸ ਵੀਡੀਓ ਦੇ ਅਖੀਰ ਤੱਕ ਆਏ ਹੋ ਤੇ ਤੁਹਾਨੂੰ ਵੀ ਜ਼ਰੂਰ ਮੇਰੀ ਤਰ੍ਹਾਂ ਇਨਸਪੀਰੇਸ਼ਨ ਮਿਲੀ ਹੋਏਗੀ ਅਸੀਂ ਸਾਰੇ ਆਪਣੀ ਜ਼ਿੰਦਗੀ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਾਂ ਕਿਉਂਕਿ ਸਾਨੂੰ ਇੰਗਲਿਸ਼ ਬੋਲਣੀ ਨਹੀਂ ਆਉਂਦੀ ਜਿਦ ਤਰ੍ਹਾਂ ਕਿ ਆਪਣੀ ਸੁਪਨਿਆਂ ਦੀ ਨੌਕਰੀ ਨਾ ਮਿਲਣਾ ਜਾਂ ਬਾਹਰ ਜਾਣ ਦੀ oportunity ਗਵਾ ਲੈਣਾ ਜਾਂ ਫਿਰ ਸਿਰਫ ਦੋਸਤ ਹੀ ਨਾ ਬਣਾ ਪਾਉਣਾ ਪ੍ਰੋਬਲਮਸ ਦੀ ਇੱਕ ਵਜ੍ਹਾ ਹੈ lack of practice ਕਿਉਂਕਿ ਮਾਹੌਲ ਨਹੀਂ ਹੈ ਘਬਰਾਓ ਨਾ ਸਾਡੇ ਕੋਲ ਇਹਦਾ ਇੱਕ solution ਹੈ ਜੋ ਸਕਿੱਲਸ ਸਪੋਕਨ ਇੰਗਲਿਸ਼ ਪਰ ਜੋ ਸਕਿੱਲਸ ਕੀ ਹੈ ਇਹ ਕਿਵੇਂ ਕੰਮ ਕਰਦਾ ਹੈ ਆਓ ਵੇਖੀਏ ਇਹਦੇ ਅੰਦਰ ਸਾਨੂੰ ਮਿਲਦੇ ਨੇ ਚਾਰ ਸੈਕਸ਼ਨਸ ਗ੍ਰਾਮਰ ਵੋਕੈਬਲਰੀ ਸਪੀਕਿੰਗ ਅਤੇ ਰੀਡਿੰਗ ਕਲਾਸਿਸ ਫਿਰ ਆਉਂਦਾ ਹੈ ਸਾਡਾ ਫੇਵਰਿਟ ਪਾਰਟ ਸਕੋਰਸ ਦਾ ਪ੍ਰੈਕਟਿਸ ਵਿਦ ਪਾਰਟਨਰ ਅਸੀਂ ਸਾਰੇ ਇੱਕ ਅਜਿਹੀ ਥਾਂ ਲੱਭਦੇ ਹਾਂ ਜਿੱਥੇ ਅਸੀਂ ਸਿੱਖ ਸਕੀਏ ਅਤੇ ਕੋਈ ਸਾਨੂੰ ਜਜ ਨਾ ਕਰੇ ਇੱਥੇ ਤੁਸੀਂ ਬੋਲ ਅਤੇ ਪ੍ਰੈਕਟਿਸ ਕਰ ਸਕਦੇ ਹੋ ਹਜ਼ਾਰਾਂ ਸਟੂਡੈਂਟਸ ਨਾਲ ਜੋ ਤੁਹਾਡੀ ਤਰ੍ਹਾਂ ਇੰਗਲਿਸ਼ ਸਿੱਖਣਾ ਚਾਹੁੰਦੇ ਨੇ ਆਪਣਾ ਫ੍ਰੀ ਟ్రਾਇਲ ਲਵੋ ਤੇ ਅੱਜ ਤੋਂ ਹੀ ਸਿੱਖਣ ਦਾ ਸਫ਼ਰ ਸ਼ੁਰੂ ਕਰੋ